ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਾਰ ਸੇਵਾ ਖਡੂਰ ਸਾਹਿਬ ਤੋਂ ਬਾਬਾ ਸੇਵਾ ਸਿੰਘ ਜੀ ਦੀ ਅਯੋਗ ਅਗਵਾਈ ਦੇ ਅਧੀਨ, ਜੋ ਕਿ ਵਾਤਾਵਰਨ ਨੂੰ ਬਚਾਉਣ ਵਾਸਤੇ ਲਗਭਗ 20-21 ਸਾਲਾਂ ਤੋਂ ਬਾਬਾ ਜੀ ਬਹੁਤ ਵੱਡੇ ਕਾਰਜ ਜਿਹੜੇ ਆ ਅਸੀਂ ਵਾਤਾਵਰਨ ਨੂੰ ਸਮਰਪਿਤ ਕਰ ਰਹੇ ਨੇ। ਸੋ ਪਿੰਡ ਬਹਾਦਰਪੁਰ ਦੇ ਵਿੱਚ ਸਰਦਾਰ ਸੁਖਪ੍ਰੀਤ ਸਿੰਘ ਜੀ ਪ੍ਰਧਾਨ ਸਾਹਿਬ, ਜਿਨ੍ਹਾਂ ਦੀ ਪੈਲੀ ਦੇ ਵਿੱਚ ਅਸੀਂ ਲਗਭਗ 2 ਕਨਾਲਾਂ ਪੈਲੀ ਜਿਹੜੀ ਉਹ ਬਣ ਜਾਂਦੀ ਆ, ਕਿਉਂਕਿ ਉਹਨਾਂ ਨੇ ਵੱਟਾਂ ਦੇ ਉੱਤੇ ਵੀ ਬੂਟੇ ਲਵਾਏ ਨੇ ਟਾਹਲੀ ਦੇ ਅਤੇ ਕਚਨਾਰ ਦੇ, ਔਰ ਕਨਾਲ ਤੋਂ ਉੱਪਰ ਜਿਹੜੀ ਜਗ੍ਹਾ ਆ ਉਹਦੇ ਵਿੱਚ ਜਿਹੜਾ ਫੋਰੈਸਟ ਗੁਰੂ ਨਾਨਕ ਯਾਦਗਾਰੀ ਜੰਗਲ ਜਿਹੜਾ ਲਾਇਆ ਜਾ ਰਿਹਾ ਸੀ ਅਤੇ ਉਹ ਲਗਭਗ ਲੱਗ ਚੁੱਕਿਆ ਆ। ਸੋ ਅੱਜ ਸਾਡੇ ਤਰਨ ਤਾਰਨ ਜ਼ਿਲ੍ਹੇ ਦੇ ਸਤਿਕਾਰਯੋਗ DC ਸਾਹਿਬ ਜਿਹੜੇ ਆ ਉਹ ਵੀ ਇੱਥੇ ਪਹੁੰਚੇ ਸੀ ਅਤੇ ਉਹਨਾਂ ਦੇ ਨਾਲ ਹੋਰ ਅਫਸਰ ਸਾਹਿਬਾਨ ਜਿਹੜੇ ਆ ਉਹਨਾਂ ਨੇ ਵੀ ਹਾਜ਼ਰੀ ਭਰੀ ਅਤੇ ਬਹਾਦਰਪੁਰ ਪਿੰਡ ਦੀਆਂ ਹੋਰ ਸਮੂਹ ਸੰਗਤਾਂ ਕਾਫੀ ਜੋਸ਼ ਦੇ ਨਾਲ ਉਹ ਵੀ ਇੱਥੇ ਪਹੁੰਚੀਆਂ ਸੀਗੀਆਂ। ਉਹਨਾਂ ਨੇ ਵੀ ਬੜੀ ਇੱਥੇ ਆ ਕੇ ਜਿਹੜੀ ਆ ਉਹ ਇਸ ਯੋਗ ਕਾਰਜ ਦੀ ਸ਼ਲਾਘਾ ਕੀਤੀ ਆ ਅਤੇ ਵਚਨਬੱਧ ਕੀਤਾ ਕਿ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਸੇ ਤਰ੍ਹਾਂ ਜ਼ਮੀਨਾਂ ਦੇ ਅੰਦਰ ਕਨਾਲਾਂ ਦੇ ਹਿਸਾਬ ਨਾਲ ਜਾਂ ਮਾਲਿਆਂ ਦੇ ਹਿਸਾਬ ਨਾਲ ਗੁਰੂ ਨਾਨਕ ਯਾਦਗਾਰੀ ਜੰਗਲ ਜਿਹੜੇ ਲਵਾਉਣਗੇ। ਸੋ ਅੱਜ ਜਿਹੜਾ ਇਹ ਗੁਰੂ ਨਾਨਕ ਯਾਦਗਾਰੀ ਜੰਗਲ ਭਾਈ ਸੁਖਪ੍ਰੀਤ ਸਿੰਘ ਜੀ ਦੀ ਜ਼ਮੀਨ ਦੇ ਵਿੱਚ ਲੱਗਿਆ, ਇਸ ਦੇ ਵਿੱਚ 50 ਕਿਸਮ ਦੇ ਜਿਹੜੇ ਆ ਉਹ 350 ਰੁੱਖ ਜਿਹੜੇ ਲਾਏ ਗਏ ਹਨ। ਸੋ ਜਿਸ ਤਰੀਕੇ ਨਾਲ ਵੱਡੇ ਲੈਵਲ ਦੇ ਉੱਤੇ ਗਲੇਸ਼ੀਅਰ ਪਿਘਲ ਰਹੇ ਆ, ਸੋ ਜਿਹੜੇ ਗਲੇਸ਼ੀਅਰ ਟੈਂਪਰੇਚਰ ਜਿਹੜਾ ਆ ਜਿਹੜਾ ਕੈਨੇਡਾ ਅਮਰੀਕਾ ਦੇ ਵਿੱਚ 30-32 ਡਿਗਰੀ ਤੋਂ ਨਹੀਂ ਸੀ ਵੱਧਦਾ, ਉਹ ਅੱਜ ਸਿਸਟਮ ਜਿਹੜਾ ਸਾਡਾ ਅਪਸੈਟ ਹੋ ਚੁੱਕਿਆ ਹੈ। ਵਾਤਾਵਰਨ ਕਲਾਈਮੇਟ ਜਿਹੜਾ ਉਹ ਇਸ ਤਰੀਕੇ ਨਾਲ ਚੇਂਜ ਹੋ ਰਿਹਾ, ਉਹਦਾ ਕਾਰਨ ਹੈ ਕਿ ਕਿਤੇ ਨਾ ਕਿਤੇ ਅਸੀਂ ਵਾਤਾਵਰਨ ਤੋਂ ਦੂਰ ਹੋ ਰਹੇ ਹਾਂ। ਸੋ ਐਡੀ ਵੱਡੇ ਲੈਵਲ ਦੇ ਉੱਤੇ ਜਿਹੜੇ ਗਲੇਸ਼ੀਅਰ ਦਾ ਪਿਘਲਣਾ ਉਹ ਚਿੰਤਾਜਨਕ ਹੈ। ਇੱਕ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹ ਜਿਹੜੇ ਆ ਉਹ ਵੀ ਆ ਸਕਦੇ ਆ, ਅਤੇ ਦੂਸਰਾ ਜਿਹੜਾ ਸਾਨੂੰ ਸਦੀਆਂ ਤੱਕ ਪੀਣ ਯੋਗ ਪਾਣੀ ਮਿਲਣਾ ਸੀਗਾ ਉਹ ਜਿਹੜਾ ਸਾਡਾ ਘਟਦਾ ਜਾ ਰਿਹਾ। ਸੋ ਰੁੱਖ ਇੱਕ ਐਸੀ ਚੀਜ਼ ਹੈ ਜਿਹੜੀ ਇਹ ਸਾਰੇ ਤਾਪਮਾਨ ਨੂੰ, ਸਾਰੇ ਇਸ ਸੰਤੁਲਨ ਨੂੰ ਜਿਹੜੀ ਆ ਉਹ ਸਿਸਟਮ ਨੂੰ ਠੀਕ ਕਰ ਸਕਦੀ ਹੈ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਆ, ਅਤੇ ਜਿਨ੍ਹਾਂ ਵੀ ਗੁਰਮੁਖਾਂ ਨੇ ਕਾਰ ਸੇਵਾ ਖਡੂਰ ਸਾਹਿਬ ਨਾਲ ਸੰਪਰਕ ਕਰ ਸਕਦੇ ਆ ਜਿਨ੍ਹਾਂ ਨੇ ਇਹ ਗੁਰੂ ਨਾਨਕ ਯਾਦਗਾਰੀ ਜੰਗਲ ਲਵਾਉਣੇ ਹੋਣ। ਸੋ ਅੱਜ ਇਹ 84ਵਾਂ ਜਿਹੜਾ ਗੁਰੂ ਨਾਨਕ ਯਾਦਗਾਰੀ ਜੰਗਲ ਲੱਗਿਆ ਹੈ, ਅਤੇ ਆਸ ਕਰਦੇ ਹਾਂ ਕਿ ਉਹ ਸਾਡੇ ਇਲਾਕੇ ਦੀਆਂ ਹੋਰ ਵੀ ਸੰਗਤਾਂ ਇਸੇ ਤਰ੍ਹਾਂ ਆਪਣੀਆਂ ਥੋੜ੍ਹੀ ਬਹੁਤੀ ਜ਼ਮੀਨ ਜਿਹੜੀ ਆ ਉਹ ਛੱਡ ਕੇ ਅਤੇ ਗੁਰੂ ਨਾਨਕ ਯਾਦਗਾਰੀ ਜੰਗਲ ਲਵਾਵੇ, ਧਰਤੀ 'ਤੇ ਮਨੁੱਖਤਾ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਅਤੇ ਜੀਵ ਜੰਤੂਆਂ ਦੀਆਂ ਹੋ ਰਹੀਆਂ ਪ੍ਰਜਾਤੀਆਂ ਜਿਹੜੀਆਂ ਅਲੋਪ ਹੋ ਰਹੀਆਂ ਉਹਨਾਂ ਨੂੰ ਸੁਰੱਖਿਅਤ ਰੱਖਣ ਵਾਸਤੇ, ਉਹਨਾਂ ਨੂੰ ਆਹਾਰ ਦੇਣ ਵਾਸਤੇ ਅਸੀਂ ਫਲਦਾਰ, ਫੁੱਲਦਾਰ, ਸੁਗੰਧੀਦਾਰ ਅਤੇ ਜਿਹੜੇ ਸਾਡੇ ਪੰਜਾਬ ਦੇ ਵਿਰਾਸਤੀ ਰੁੱਖ ਅਲੋਪ ਹੋ ਰਹੇ ਆ ਉਹਨਾਂ ਨੂੰ ਸੁਰਜੀਤ ਕਰਨ ਵਾਸਤੇ ਜਿਹੜਾ ਇਹ ਮਿਸ਼ਨ ਹੈ ਜਿਹੜਾ ਉਹ ਚਲਾ ਰਹੇ ਹਾਂ, ਅਤੇ ਗੁਰੂ ਨਾਨਕ ਸਾਹਿਬ ਨੂੰ ਇਹ ਯਾਦਗਾਰੀ ਜੰਗਲ ਜਿਹੜੇ ਸਮਰਪਿਤ ਕਰ ਰਹੇ ਨੇ। ਸੋ ਮੈਂ ਭਾਈ ਸੁਖਪ੍ਰੀਤ ਸਿੰਘ ਹੋਰਾਂ ਨੂੰ ਕਹਾਂਗਾ ਕਿ ਉਹ ਕੋਈ 2 ਸ਼ਬਦ ਪ੍ਰੇਰਨਾਦਾਇਕ ਜਿਹੜੇ ਆ ਹੋਰ ਵੀ ਕਿਸਾਨਾਂ ਨੂੰ ਦੇਣ, ਅਤੇ ਨਾਲ ਉਹ ਇਹ ਕਿਵੇਂ ਮਹਿਸੂਸ ਕਰ ਰਹੇ ਨੇ ਇਹ ਆਪਣਾ ਗੁਰੂ ਨਾਨਕ ਯਾਦਗਾਰੀ ਜੰਗਲ ਲਵਾ ਕੇ ਆ, ਆਪਣੇ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਪਰਿਵਾਰ ਵਾਸਤੇ ਬੜਾ ਹੀ ਸੁਭਾਗਾ ਭਰਿਆ ਦਿਨ ਹੈ ਕਿ ਸੰਤ ਬਾਬਾ ਸੇਵਾ ਸਿੰਘ ਜੀ ਦੀ ਪ੍ਰੇਰਨਾ ਸਦਕਾ ਅਤੇ ਸਾਡੇ ਜ਼ਿਲ੍ਹੇ ਦੇ ਮਾਣਯੋਗ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਜੀ ਹੋਣਾਂ ਦੇ ਉਦਮ ਸਦਕਾ ਅਤੇ ਮੈਨੂੰ ਬਾਬਾ ਜੀ ਦਵਿੰਦਰ ਸਿੰਘ ਜੀ ਹੋਣਾਂ ਦੇ ਮੁਖਾਰਬਿੰਦ ਤੋਂ ਪਤਾ ਚੱਲਿਆ ਕਿ ਇਹ 84ਵਾਂ ਜੰਗਲ ਹੈ ਜੋ ਕਿ ਸਾਡੀ ਜ਼ਿੰਦਗੀ ਨਾਲ ਬੜਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬੌਲੀ ਸਾਹਿਬ ਦੀ 84 ਪੌੜੀਆਂ ਦੇ ਨਾਲ ਸੰਬੰਧਿਤ ਹੋ ਗਿਆ ਹੈ। ਅਤੇ ਮੈਂ ਅਸੀਂ ਸਮੂਹ ਪਰਿਵਾਰ ਹੀ ਬੜੇ ਭਾਗਾਂ ਵਾਲੇ ਆਪਣੇ ਆਪ ਨੂੰ ਸਮਝਦੇ ਹਾਂ ਕਿ 84ਵਾਂ ਜੰਗਲ ਜਿਹੜਾ ਉਹ ਅੱਜ ਸਾਡੀ ਜ਼ਮੀਨ ਦੇ ਉੱਤੇ ਪਿੰਡ ਬਹਾਦਰਪੁਰ ਵਿਖੇ ਲੱਗ ਰਿਹਾ ਹੈ। ਬਾਬਾ ਜੀ ਦੀ ਬਹੁਤ ਬਹੁਤ ਧੰਨਵਾਦੀ ਹਾਂ ਬਾਬਾ ਦਵਿੰਦਰ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਆਪਣੇ ਸੇਵਕਾਂ ਨਾਲ ਪਹੁੰਚ ਕੇ ਇਸ ਗਰੀਬ ਦੇ ਜ਼ਮੀਨ ਦੇ ਉੱਤੇ ਗਰੀਬ ਦੇ ਗ੍ਰਹਿ ਵਿਖੇ ਪਹੁੰਚ ਕੇ ਚਰਨ ਪਾਏ ਹਨ। ਅਤੇ ਸਾਰੀਆਂ ਸੰਗਤਾਂ ਦਾ, ਜਿਹੜੀਆਂ ਹੋਰ ਸੰਗਤਾਂ ਪਿੰਡ ਬਹਾਦਰਪੁਰ ਤੋਂ ਆਈਆਂ, ਉਹਨਾਂ ਦਾ ਵੀ ਬਹੁਤ ਮੈਂ ਧੰਨਵਾਦੀ ਹਾਂ ਕਿ ਅਸੀਂ ਜਿਹੜਾ 84ਵਾਂ ਜੰਗਲ ਲਾਉਣ ਵਿੱਚ ਸਫਲ ਹੋਏ ਹਾਂ। ਅਤੇ ਮੈਂ ਪ੍ਰਣ ਕਰਦਾ ਹਾਂ ਕਿ ਜਿਹੜੇ ਬੂਟੇ ਅੱਜ ਬਾਬਾ ਜੀ ਦੇ ਆਸ਼ੀਰਵਾਦ ਨਾਲ, ਮਾਣਯੋਗ ਡਿਪਟੀ ਕਮਿਸ਼ਨਰ ਜੀ ਦੇ ਆਸ਼ੀਰਵਾਦ ਨਾਲ ਲੱਗੇ ਨੇ, ਇਹਨਾਂ ਨੂੰ ਤਨਦੇਹੀ ਨਾਲ ਪਾਲਾਂਗੇ ਅਤੇ ਸੰਭਾਲਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।